ਪੰਜਾਬੀ ਰੀਡਰ 4A 2020 ਐਡੀਸ਼ਨ ਲੈਸਨ 10 ਵਿੱਚ ਤੁਹਾਨੂੰ ਜੀ ਆਇਆਂ ਨੂੰ ਅੱਜ ਦੇ ਪਾਠ ਵਿੱਚ ਅਸੀਂ ਖੇਡਾਂ ਦੇ ਨਾਂ ਸਿੱਖਾਂਗੇ ਆਮ ਸ਼ੋਰ ਯੂ ਆਰ ਐਕਸਾਈਟਿਡ ਅਬਾਊਟ ਸਮ ਸਪੋਰਟਸ ਰਾਈਟ ਹੇਠਾਂ ਲਿਖੀਆਂ ਖੇਡਾਂ ਦੇ ਨਾਂ ਸਿੱਖੋ ਸਾਈਕਲਿੰਗ ਰੋਲਰ ਬਲੇਡਿੰਗ ਸਕੀਇੰਗ ਆਈਸ ਹਾਕੀ ਹਾਕੀ ਕਰਾਟੇ ਸੋ ਇਨ ਇੰਗਲਿਸ਼ ਯੂ ਸੇ ਹਾਕੀ ਹਾਕੀ but in punjabi we say hockey tennis basketball soccer jogging stupu gate jacks shatranj patang ten latti daud three legged race duniya vich bahut khedan han kujh khedan gend nal khediyan jandiyan han kujh khedan bina gend to khediyan jandiyan han which games do we play with the game with the ball what do you think hockey has a puck right so yeah so there is a kind of a ball soccer basketball tennis the hockey. that's it right so sort of hockey soccer basketball the tennis um the ice hockey ਅਪੰਚ ਖੇਡਾਂ ਬਾਲ ਨਾਲ ਖੇਡੀਆਂ ਜਾਂਦੀਆਂ। ਕਿਹੜੀਆਂ ਖੇਡਾਂ ਬਿਨਾ ਬਾਲ ਦੇ, ਬਿਨਾ ਗੇਂਦ ਦੇ ਖੇਡੀਆਂ ਜਾਂਦੀਆਂ? ਸਾਈਕਲਿੰਗ, ਰੋਲਰ ਬਲੇਡਿੰਗ, ਸਕੀਿੰਗ, ਕਰਾਟੇ, ਜੋਗਿੰਗ, ਸ਼ਟਾਪੂ, ਗੀਤੇ, ਸ਼ਤਰੰਜ, ਪਤੰਗ, ਤਿੰਨ ਲੱਤੀ ਦੌੜ ਇਨ ਸਾਨੂੰ ਗੇਂਦ ਦੀ ਜ਼ਰੂਰਤ ਨਹੀਂ। ਕਈ ਖੇਡਾਂ ਸਾਥੀ ਜਾਂ ਟੀਮ ਨਾਲ ਖੇਡੀਆਂ ਜਾਂਦੀਆਂ ਹਨ। ਕਿਹੜੀਆਂ ਖੇਡਾਂ ਵਿੱਚ ਸਾਨੂੰ ਸਾਥੀ ਚਾਹੀਦਾ ਹੈ, ਟੀਮ ਚਾਹੀਦੀ ਹੈ? ਇਨਾਂ ਦੇ ਵਿੱਚ ਹਾਕੀ ਦੇ ਵਿੱਚ ਸਾਨੂੰ ਟੀਮ ਚਾਹੀਦੀ ਹੈ ਟੈਨਿਸ ਦੇ ਵਿੱਚ ਸਾਨੂੰ ਸਾਥੀ ਚਾਹੀਦਾ ਹੈ ਬਾਸਕਟਬਾਲ ਵਿੱਚ ਟੀਮ ਚਾਹੀਦੀ ਹੈ ਸੌਕਰ ਵਿੱਚ ਟੀਮ ਚਾਹੀਦੀ ਹੈ ਤਿੰਨ ਲੱਤੀ ਰੇਸ ਦੇ ਵਿੱਚ ਵੀ ਸਾਨੂੰ 파ਰਟਨਰ ਚਾਹੀਦਾ ਹੈ ਸਾਥੀ ਚਾਹੀਦਾ ਹੈ ਸ਼ਤਰਾਂਜ ਵਿੱਚ ਵੀ ਸਾਥੀ ਚਾਹੀਦਾ ਹੈ ਤੇ ਬਾਕੀ ਖੇਡਾਂ ਤੁਸੀਂ ਆਪਣੇ ਆਪ ਹੀ ਇਕੱਲੇ ਖੇਡ ਸਕਦੇ ਹੋ ਪਤੰਗ ਉਡਾਉਣੀ ਸਕੀ ਸਾਈਕਲਿੰਗ ਰੋਲਰ ਬਲੇਡਿੰਗ ਸਕੀਿੰਗ ਸਟਾਪੂ ਕਰਾਟੇ ਅਤੇ ਦੌੜਨਾ ਇਕੱਲੇ ਖੇਡੀਆਂ ਜਾ ਸਕਦੀਆਂ ਹਨ ਸ਼ਤਰੰਜ ਟੈਨਿਸ ਗੀਟੇ ਅਤੇ ਤਿੰਨ ਲੱਤੀ ਦੌੜ ਇੱਕ ਸਾਥੀ ਨਾਲ ਖੇਡੀਆਂ ਜਾਂਦੀਆਂ ਹਨ ਆਈਸਹਾਕੀ ਹਾਕੀ ਬਾਸਕਟਬਾਲ ਅਤੇ ਸਾਕਰ ਟੀਮ ਦੇ ਨਾਲ ਖੇਡੀਆਂ ਜਾਂਦੀਆਂ ਹਨ ਸਾਰੀਆਂ ਖੇਡਾਂ ਕੁੜੀਆਂ ਅਤੇ ਮੁੰਡੇ ਦੋਵੇਂ ਖੇਡ ਸਕਦੇ ਹਨ ਸੋ ਇਸ ਐਸਏ ਦੇ ਵਿੱਚ 81 ਵਰਡਸ ਸੀ ਇਫ ਯੂ ਆ ਰੀਡਿੰਗ 40 ਵਰਡਸ ਪਰ ਮਿੰਟ ਯੂ ਸ਼ੁਡ ਰੀਡ ਥਿਸ ਇਨ Two minutes ticket activity find and circle all the sports words in this essay. So you can do that uh, after we finish the video. Monday homework, you can do it in class if you have time. Writing skill when we want to write answers to questions, we can use words from the question in the answer. The underlined words from the question can be used in the answer. I didn't underline any for you, did I? right answers to the following questions tusi kehdiya khedan khed sakde ho mai blank blank khedan khed sakda ha khedda ha tusi kehdiya khedan khedde ho mai blank 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 khedan kheddi ha kehdiya khedan tuhanu bahut pasand han blank blank khedan mainu bahut pasand han so ae tusi shabde de vich vartoge kehdiya khedan tusi kadi nahi khediya ਬਲੈਂਕ ਬਲੈਂਕ ਖੇਡਾਂ ਮੈਂ ਕਦੀ ਨਹੀਂ ਖੇਡੀਆਂ ਠੀਕ ਹੈ ਤੁਸੀਂ ਦੀ ਥਾਂ ਤੇ ਮੈਂ ਕਰੋਗੇ ਤੁਸੀਂ ਕਿਹੜੀਆਂ ਖੇਡਾਂ ਇਕੱਲੇ ਖੇਡ ਸਕਦੇ ਹੋ ਮੈਂ ਬਲੈਂਕ ਬਲੈਂਕ ਖੇਡਾਂ ਇਕੱਲੇ ਖੇਡ ਸਕਦੀ ਹਾਂ ਔਰ ਸਕਦਾ ਹਾਂ ਗਰਮੀਆਂ ਵਿੱਚ ਕਿਹੜੀਆਂ ਖੇਡਾਂ ਖੇਡ ਸਕਦੀਆਂ ਖੇਡੀਆਂ ਜਾ ਸਕਦੀਆਂ ਹਨ ਸੋ ਲੈਟਸ ਲੁੱਕ ਹੇਅਰ ਗਰਮੀਆਂ ਵਿੱਚ ਕਿਹੜੀਆਂ ਖੇਡਾਂ ਐਕਸੈਪਟ ਫਾਰ ਸਕੀਇੰਗ ਐਕਸੈਪਟ ਫਾਰ ਆਈਸ ਹਾਕੀ ਤੁਸੀਂ ਬਾਕੀ ਸਾਰਾ ਕੁਝ ਗਰਮੀਆਂ 'ਚ ਖੇਡ ਸਕਦੇ ਹੋ ਠੀਕ ਹੈ ਨਾ ਤੁਸੀਂ ਇਹਦੇ ਵਿੱਚ ਕੋਈ ਵੀ ਨਾਂ ਤਿੰਨ ਚਾਰ ਨਾਂ ਲਿਖ ਦੇਣਾ ਕਿਹੜੀਆਂ ਖੇਡਾਂ ਵਿੱਚ ਇੱਕ ਗੇਂਦ ਚਾਹੀਦੀ ਹੈ ਵੀ ਟਾਕਡ ਅਬਾਊਟ ਇਟ ਰਾਈਟ देयर ਆ 5 ਸਪੋਰਟਸ ਜਿਨ੍ਹਾਂ ਦੇ ਵਿੱਚ ਗੇਂਦ ਚਾਹੀਦੀ ਹੈ ਕਿਹੜੀਆਂ ਖੇਡਾਂ ਘਰ ਦੇ ਅੰਦਰ ਖੇਡੀਆਂ ਜਾ ਸਕਦੀਆਂ ਹਨ ਵਿਚ ਸਪੋਰਟਸ ਕੈਨ ਯੂ ਪਲੇ ਇਨ ਦਾ ਹਾਊਸ ਯੂ ਕੈਨ ਪਲੇ ਜੈਕਸ ਯੂ ਕੈਨ ਪਲੇ ਚੈਸ ਗੀਟੇ ਸ਼ਤਰੰਜ ਹੋਰ ਕੀ ਖੇਡ ਸਕਦੇ ਹੋ ਮੇਬੀ ਕਰਾਟੇ ਰਾਈਟ ਬਾਕੀ ਹੋਰ ਕਰ ਦੇਵੇ ਅੰਦਰ ਨਹੀਂ ਖੇਡ ਸਕਦੇ ਰਾਈਟ ਸਟਾਪੂ ਵੀ ਤੁਸੀਂ ਬੈਕਯਾਰਡ ਚ ਖੇਡੋਗੇ ਸਿਰਫ ਦੋ ਹੀ ਚੀਜ਼ਾਂ ਤੁਸੀਂ ਕਰ ਖੇਡ ਸਕਦੇ ਹੋ ਟਿਊਸਡੇ ਹੋਮਵਰਕ ਸਟਾਰਟ ਅ ਟਾਈਮਰ ਰੀਡ ਦਾ ਐਸੇ ਫਰਮ ਦ ਫਰਮ ਦ ਪੇजेस ਬਿਫੋਰ ਐਂਡ ਹਾਉ ਮਨੀ ਮਿੰਟਸ ਡਿਡ ਯੂ ਟੇਕ ਵੈਨਸਡੇ ਹੋਮਵਰਕ ਕਾਪੀ ਦ ਸਟੋਰੀ অর ਦ ਐਸੇ ਫਰਮ ਦੀਸ ਪੇजेस ਇਨ ਯੂਰ ਨੋਟਬੁੱਕ Okay, how will that help you? It will help you become a better reader and writer. Then, this line, ignore it. This got cut from here. And that's it. That's the lesson for today. So I hope this wasn't a hard lesson for you. And you're becoming a good reader very quickly. And I will see you in the next lesson. Vaheguru Ka Khalsa, Fateh.